¡Hilaraña! ¡Quía! Me la rechentendría. ¡Chila! ¡Quía! ਦੋਨੋਂ ਭੈਣ ਭਰਾ ਅੰਦਰ ਬੈਠੇ ਗੱਲਾਂ ਕਰਦੇ ਹੁਣੇ ਕੋਈ ਨੀ ਦੇਖਦੇ ਆ ਚਰਨਜੀ ਲਾਲ ਨੀ ਦਿੰਦਾ ਐ ਜਾ ਕਿਤੇ ਆਹੋ ਚਲਾ ਗਿਆ ਮਗਰੋਂ ਹੱਟੀ ਤੇ ਨਹੀਂ ਸੀ ਕੋਈ ਵੀ ਹਾਂ ਚਲਾ ਸੋਹਣਾ ਹੋ ਗਿਆ ਪਰ ਉਹ ਕਹਿ ਕੇ ਗਿਆ ਫੇਰ ਆ ਕੇ ਤੁਹਾਨੂੰ ਚੰਗੀ ਤਰ੍ਹਾਂ ਨਾਲ ਦੱਸੂਗਾ ਓਹੋ ਚਿਲਾ ਇਸ ਤੋਂ ਪਹਿਲਾਂ ਕਿ ਚਰਨਜੀ ਲਾਲ ਮੈਨੂੰ ਆ ਕੇ ਚੰਗੀ ਤਰ੍ਹਾਂ ਦੱਸੇ ਤੂੰ ਨਾ ਮੈਨੂੰ ਬਿਨਾਂ ਚੰਗੀ ਤਰ੍ਹਾਂ ਦੱਸ ਵੀ ਤੈਨੂੰ ਮੇਰੇ ਨਾਲ ਕਦੀ ਨਾਰਾਜ਼ਗੀ ਆ ਪਹਿਲਾਂ ਕਰਤੂਤਾ ਕਰਦੇ ਹੋ ਫਿਰ ਪੁੱਛਦੇ ਹੋ ਨਾਰਾਜ਼ਗੀ ਕਾਹਦੀ ਹੈ ਤੁਹਾਨੂੰ ਕਿੰਨੇ ਦਿਨ ਹੋ ਗਏ ਆ ਸਿੱਧੇ ਮੂੰਹ ਮੇਰੇ ਨਾਲ ਗੱਲ ਨਹੀਂ ਕਰਦੇ ਤੁਹਾਡਾ ਖਿਆਲ ਹੈ ਮੈਨੂੰ ਕੁਝ ਨਹੀਂ ਪਤਾ ਮੈਨੂੰ ਸਾਰਾ ਕੁਝ ਪਤਾ ਬੰਦਾ ਆਪਣੀ ਜਨਾਨੀ ਨੂੰ ਵੱਡੂ ਖਾਉ ਉਦੋਂ ਪੈਂਦਾ ਜਦੋਂ ਆਪਣੀ ਘਰਵਾਲੀ ਦੀ ਜਗ੍ਹਾ ਕਿਸੇ ਹੋਰ ਜਨਾਨੀ ਨੂੰ ਨਹੀਂ 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 ਨਾ ਨਾ ਸ਼ਿਲਾ ਮੈਂ ਨਾ ਚੁੱਪ ਕੇ ਚੁੱਪ ਕਰ ਇਹ ਦੇਖ ਮੈਨੂੰ ਸੋਹ ਲੱਗੇ ਗੁੜ ਵਾਲੇ ਗੱਤੇ ਦੀ ਇਹ ਬਲਕਿ 2 ਕਿਲੋ ਦੇ ਵੱਟੇ ਦੀ ਉਹ ਤਾਂ ਨਾ ਇਦਾਂ ਦੀ ਜਮੀ ਜਮੀ ਪੂਰਾ ਜਿੰਨੀ ਵੀ ਕਿਤੇ ਗੱਲ ਨਹੀਂ ਸੀ ਤੇ ਬਾਕੀ ਰਹੀ ਗੱਲ ਵੱਡੂ ਖਾਉ ਦੀ ਉਹ ਤਾਂ ਨਾ ਮੈਨੂੰ ਤੇਰੇ ਬਾਰੇ ਇੱਕ ਨਿੱਕੀ ਜੀ ਗਲਤਫਹਿਮੀ ਜੀ ਹੋ ਗਈ ਸੀ ਕਿਹੜੀ ਗਲਤਫਹਿਮੀ ਆ ਨਹੀਂ ਜੇ ਮੈਂ ਦੱਸਿਆ ਤੂੰ ਗੁੱਸਾ ਕਰੇਂਗੀ ਪਤਾ ਨਹੀਂ ਕੀ ਸੋਚੇ ਮੇਰੇ ਬਾਰੇ ਫਿਰ ਤੁਸੀਂ ਦੱਸੋ ਤਾਂ ਸਹੀ ਹਾਂ ਠੀਕ ਹੈ ਮੈਂ ਦੱਸਣਾ ਪਰ ਸੌਂ ਖਾ ਮੇਰੀ ਤੂੰ ਨਾ ਗੁੱਸਾ ਨਹੀਂ ਕਰੇਂਗੀ ਮੈਨੂੰ ਮਾਫ ਕਰ ਦੇ ਅੱਛਾ ਬਾਬਾ ਪਹਿਲਾਂ ਦੱਸੋ ਤਾਂ ਸਹੀ ਮੈਨੂੰ ਓ ਚਿਲਾ ਤੇਰਾ ਪੇਟ ਤਾਂ ਵਜਾ ਹੋਇਆ ਸੀ ਨਾ ਗੈਸ ਕਰਕੇ ਹਾਂ ਤੇ ਮੈਂ ਕਮਲਾ ਕੁਝ ਹੋਰ ਹੀ ਸਮਝ ਬੈਠਾ ਸੀ ਇਹਦੇ ਗੁੱਸਾ ਨਹੀਂ ਕਰਨਾ ਤੇ ਤੂੰ ਸ਼ੋ ਕਰਦੀ ਹੋਈ ਮੇਰੀ ਮੈਂ ਸਮਝਿਆ ਪਤਾ ਨਹੀਂ ਤੇਰਾ ਕਿਸੇ ਦੇ ਨਾਲ ਕੋਈ ਚੱਕਰ ਹੈ ਤੇ ਉਹਦਾ ਨਤੀਜਾ ਹੈ ਸਾਰਾ ਇਸੇ ਕਰਕੇ ਮੈਂ ਤੇਰੇ ਤੇ ਛੱਕਣ ਲੱਗ ਪਿਆ ਤੂੰ ਮੇਰੇ ਤੇ ਛੱਕਣ ਲੱਗ ਪਈ ਇਹ ਦੇਖ ਅੱਜ ਤੋਂ ਬਾਅਦ ਨਾ ਤੂੰ ਮੇਰੇ ਤੇ ਛੱਕ ਕਰੀ ਨਾ ਮੈਂ ਤੇਰੇ ਛੱਕ ਕਰੂੰਗਾ ਠੀਕ ਹੈ ਇਹ ਅੱਜ ਮਾਫ ਕਰ ਦੇ ਆਈ ਨਹੀਂ ਚੀਲਾ ਨਹੀਂ ਐਦਾਂ ਨਹੀਂ ਚੰਗੀ ਤਰ੍ਹਾਂ ਮਾਫ ਕਰ ਬਹੁਤ ਦੇਰ ਹੋ ਗਈ ਤੂੰ ਮੈਨੂੰ ਕਦੇ ਮਾਫ ਨਹੀਂ ਕੀਤਾ ਹੁਣ ਕੀ ਹੋ ਗਿਆ ਲੱਗਦਾ ਛੋਟਾ ਲਾਲਾ ਸਾਡੇ ਕਰਮ 'ਚ ਹੈ ਨਹੀਂ ਤੱਕ ਮੇਰੇ ਭਾਈ